लेफ्टिनेंट कर्नल करणबीर सिंह का गत दिवस निधन हो गया, जिनका राष्ट्रीय सम्मान के साथ अंतिम संस्कार किया गया। पिता कर्नल करणबीर सिंह को मुखाग्नि उनकी बड़ी बेटी ने दी। प्राप्त जानकारी के अनुसार लेफ्टिनेंट कर्नल करणबीर सिंह पिछले 8 वर्ष से कोमा में थे। आतंकियों से लड़ते हुए उन्हें गोली लग गई थी। गोली लगने के बाद भी वे दुश्मन से लड़ते रहे, जिसके बाद वे कोमा में थे और गत दिवस उनका निधन हो गया। इस मौके पर परिवार के अलावा सेना के अधिकारियों और बड़ी संख्या में सामाजिक, धार्मिक और राजनीतिक नेताओं ने दिवंगत लेफ्टिनेंट कर्नल करणबीर सिंह को श्रद्धांजलि दी। Fought with his injuries, and ultimately it was God's will which has taken place, which has happened. He coma le pichle 8 saal ek mahina te ek din reha coma. 22 November 2015 nu ora hoya si, paune 4 sawa 4 baje unnu lagi si goli. ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਕੌਮਾ 'ਚ ਉਹਦਾ ਸਟੇਟਸ ਜਿਸ ਦਿਨ ਉਹਨੂੰ ਗੋਲੀ ਲੱਗੀ ਆ ਮੋਬਾਈਲ 'ਤੇ, ਮੈਂ ਉਹਦਾ ਮੈਨੂੰ ਨੈਚੁਰਲੀ ਉਹਦਾ ਮੋਬਾਈਲ ਦਿੱਤਾ ਮੁੰਡਿਆਂ ਨੇ, ਅਤੇ ਇਹ ਸਾਹਿਬ ਦਾ ਮੋਬਾਈਲ ਆ। ਉਹਦਾ ਮੈਂ ਖੋਲ ਕੇ ਵੇਖਿਆ, ਵਟਸਐਪ ਦੇ ਵਿੱਚ ਸਟੇਟਸ ਸੀ ਉਹਦਾ, ਆਈ ਡੂ ਨਾਟ ਨੋ ਹਾਓ ਮਾਈ ਸਟੋਰੀ ਵਿਲ ਐਂਡ, ਬਟ ਨੋ ਵਨ ਵਿਲ ਸੇ ਆਈ ਗੇਵ ਅਪ। ਜਨਰਲ ਢਿੱਲੋਂ ਅਸੀਂ ਕੱਲ੍ਹ ਜਗਤਾਰ ਵੀਅਰ ਕੋਰਸ ਮੇਟਸ, ਇੱਕੋ ਕੋਰਸ 'ਚ ਅਸੀਂ 70 ਕਮਿਸ਼ਨ ਹੋਏ ਸੀ। ਇਸ ਬੱਚੇ ਨੂੰ ਅਸੀਂ ਛੋਟਿਆਂ ਤੋਂ ਦੇਖਿਆ, ਤੁਹਾਨੂੰ ਪਤਾ ਕਿ ਸਾਡੇ ਸਾਹਮਣੇ ਆ ਮੈਰਿਜਸ ਵਿਆਹ ਹੋਈਆਂ, ਪਰ ਇਹ ਪਹਿਲੇ ਸ਼ੋਰਟ ਸਰਵਿਸ ਗਿਆ, 14 ਸਾਲ ਇਹਨੇ ਸਰਵਿਸ ਕੀਤੀ, ਫਿਰ ਬਾਹਰ ਆ ਗਿਆ, ਮਨ ਚ ਗਏ ਨੇ, MBA ਕੀਤੀ, LLB ਕੀਤੀ, ਬਟ ਉਹ ਜਿਹੜਾ ਅੰਦਰ ਵਾਲਾ ਜਨੂਨ ਉਹ ਨਹੀਂ ਹਟ ਸਕਿਆ। ਫਿਰ ਕਹਿੰਦਾ ਮੈਂ ਅਫਸਰ ਬਣਿਆ, TA ਬਟਾਲੀਅਨ 'ਚ 40-45 ਸਾਲ ਤੱਕ ਅਫਸਰ ਬਣ ਸਕਦੇ ਬਾਹਰ ਵਾਲੇ, ਅਤੇ ਉੱਥੇ ਫਿਰ ਐਕਟਿਵ, ਅੱਜ ਕੱਲ੍ਹ TA ਬਟਾਲੀਅਨ ਬਹੁਤ ਐਕਟਿਵ ਹੈ। ਔਰ ਬਾਕੀ ਅਸੀਂ ਪੜ੍ਹਿਆ ਅਖਬਾਰ 'ਚ ਕਿੰਨਾ ਇਹਦਾ, ਕੱਲ੍ਹ ਦੇਖਿਆ ਵੀ ਸਟੇਟਸ ਚੇਂਜ 'ਚ ਵੀ ਜਿੱਦਾਂ ਪੁਰਾਣਾ ਹੁੰਦਾ ਦਿਲ ਮੰਗੇ, ਮੈਂ ਉਸ ਤਰ੍ਹਾਂ ਦਾ ਸੈਂਟੈਂਸ, ਮੈਨੂੰ ਪਤਾ ਨਹੀਂ ਮੇਰਾ ਐਂਡ ਕੀ ਹੋਏਗਾ, ਬਟ ਨੋਬਡੀ ਸ਼ੁੱਡ ਥਿੰਕ ਆਈ ਗੇਵ ਅਪ। ਇੱਦਾਂ ਦੀ ਸਪਿਰਿਟ, ਇੱਦਾਂ ਦਾ ਸਾਡਾ ਬੱਚਾ, ਅਸੀਂ ਨੂੰ ਦੇਖਦੇ ਰਹੇ ਜਦੋਂ ਸਰਵਿਸ ਵੀ ਸੀ ਔਰ ਕੋਮਾ 'ਚ ਤੇ ਦੇਖਦੇ ਸਾਡਾ ਬਹੁਤ। ਕਿੰਨੇ ਬੱਚੇ ਨੇ? ਦੋ ਬੇਟੀਆਂ, ਦੋ ਬੇਟੀਆਂ। ਵਿਲ ਮਿਸ ਯੂ, ਬੀ ਇਨ ਪੀਸ ਵਿਦ ਬਾਬਾ ਜੀ। ਇੱਦਾਂ ਲੱਗਦਾ ਜਿੱਦਾਂ ਦੋ ਲਾਈਫ ਸੀਗੀ, ਇੱਕ ਪਹਿਲਾਂ ਸੀ, 8 ਸਾਲ ਵਾਲੀ ਅਲੱਗ ਸੀ, ਜੋ ਵੀ ਖਤਮ ਹੋ ਗਈ। ਆਈ ਕਾਂਟ ਐਕਸਪਲੇਨ ਕਿ ਅਸੀਂ ਕੀ ਫੇਸ ਕੀਤਾ। ਹੋਪ ਸੀ ਠੀਕ ਹੋ ਜਾਣਗੇ, ਬਟ ਨਹੀਂ। ਵੀ ਆਰ ਪ੍ਰਾਊਡ ਆਫ ਹਿਮ।